नमस्कार दोस्तों, आरबी लाइव मीडिया में आपका स्वागत है। अपडेट फाजिल का सियारी है। फाजिल का में नौजवान भारत सभा द्वारा आज रोष प्रदर्शन किया गया। शहर की सड़कों पर रोष मार्च निकाला गया। इसके बाद नई अनाज मंडी में पूर्व मंत्री सुरजीत कुमार जैनी की दुकान के बाहर धरना दिया गया। फाजिल का में आज नौजवान सभा द्वारा एक रोष मार्च निकाला गया। यह रोष मार्च किसानों के पक्ष में निकाला गया। फाजिलका की नई अनाज मंडी में स्थित भारतीय जनता पार्टी के पूर्व मंत्री सुरजीत कुमार जैनी की दुकान के बाहर भी धरना लगाया गया। केंद्र सरकार द्वारा पास किए गए कृषि शोध कानून के विरोध में यह रोष मार्च निकाला जा रहा है। फाजिलका की सड़कों पर नौजवान सभा के यह सदस्य उतरे, जिनके द्वारा एक रोष मार्च निकाला गया। उसके बाद नई अनाज मंडी में स्थित पूर्व मंत्री सुरजीत कुमार जैनी की दुकान के बाहर धरना भी लगाया गया। आपको लाइव कवरेज दिखा रहा हूं। बने रहे मेरे साथ, देखते रहे हमारा चैनल। किस तरह का प्रदर्शन है अच्छा? असी ये प्रदर्शन नौजवान भारत सभा, पंजाब स्टूडेंट यूनियन और किरती किसान यूनियन के यूथ विंग वालों कर रहे हैं, जो कि बीजेपी गवर्नमेंट पिछले 4 जून तो जो पार्लीमेंट के 3 जो कानून खतरनाक लेके आई है, जिदे तहत पहले कानून के तहत जिहड़ियां सरकारी मंडियां उन्हां दा सरकार ने भोग पाउणा, उहदी थां जिहड़े प्राइवेट घराणे आ अंबानी अंडानी उन्हां दे जिहड़े सैलो गडाउन आ पंजाब दे विच उह खलवाउणे आ, और दूसरे कानून के तहत जिहड़े कंट्रैक्ट फार्मिंग करा के कारपोरेट घराणियां दा पंजाब दे ते पूरे हिंदुस्तान दे किसानां दीआं जमीनां दा जिहड़ा उह कब्जा उह करवाउणा आ। जिहड़ा तीजा कानून आ जिहदे विच गाहक दा कतल करन दी कोशिश कीती जा रही है, क्योंकि जिहड़ी ब्लैक मार्केटिंग आ उहनूं इक कानून दे तहत ਉਹ ਪਹਿਲਾਂ ਰੋਕਿਆ ਜਾ ਸਕਦਾ ਸੀ, ਕੋਈ ਵੱਧ ਤੋਂ ਵੱਧ ਸਟੋਰ ਨਹੀਂ ਕਰ ਸਕਦਾ ਸੀ, ਪਰ ਜਿਹੜਾ ਮੋਦੀ ਗਵਰਨਮੈਂਟ ਜ਼ਰੂਰੀ ਵਸਤਾਂ ਸੰਬੰਧੀ ਕਾਨੂੰਨ ਲੈ ਕੇ ਆਈ ਆ, ਇਸ ਕਾਨੂੰਨ ਦੇ ਤਹਿਤ ਕੋਈ ਵੀ ਪੂਰੇ ਮੁਲਕ ਦਾ ਇੱਕ ਬੰਦਾ ਸਾਰਾ ਅਨਾਜ ਸਟੋਰ ਕਰ ਸਕਦਾ, ਸਾਰਾ ਜਿਹੜਾ ਉਹ ਪਿਆਜ਼ ਸਟੋਰ ਕਰ ਸਕਦਾ, ਪੂਰੀਆਂ ਖੁੱਲ੍ਹ ਜਿਹੜੀ ਉਹ ਕਾਰਪੋਰੇਟ ਘਰਾਣਿਆਂ ਨੂੰ ਮੋਦੀ ਸਰਕਾਰ ਨੇ ਦਿੱਤੀ ਆ। ਅਸੀਂ ਅੱਜ ਇਹਦੇ ਖਿਲਾਫ਼ ਜਿਹੜਾ ਇੱਥੋਂ ਦਾ ਸਾਬਕਾ ਮਿਨਿਸਟਰ ਰਿਹਾ ਪੰਜਾਬ ਦਾ ਸੁਰਜੀਤ ਕੁਮਾਰ ਜਾਨੀ, ਬੀਜੇਪੀ ਦਾ ਲੀਡਰ ਆ, ਅਸੀਂ ਉਹਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕਰਨ ਦੇ ਲਈ ਇਹਨਾਂ ਜਥੇਬੰਦੀਆਂ ਵੱਲੋਂ ਪਹੁੰਚੇ ਹਾਂ, ਔਰ ਅਸੀਂ ਪਰਜੋਰ ਜਿਹੜਾ ਇਹਦੀ ਮੰਗ ਕਰਦੇ ਹਾਂ ਕਿ ਬਿਲਕੁਲ ਲੋਕਾਂ ਨੂੰ ਤਬਾਹ ਕਰਨ ਵਾਲੇ ਕਾਨੂੰਨ ਆ ਇਹ, ਕਿਸਾਨਾਂ ਤੋਂ ਜ਼ਮੀਨਾਂ ਖੋਹਣ ਵਾਲੇ ਕਾਨੂੰਨ ਆ, ਮਜ਼ਦੂਰਾਂ ਤੋਂ ਰੁਜ਼ਗਾਰ ਖੋਹਣ ਵਾਲੇ ਕਾਨੂੰਨ ਆ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ 1500 ਦੇ ਕਰੀਬ ਮੰਡੀ ਹੈ, ਜੇ 1500 ਕਰੀਬ ਮੰਡੀ ਜਿਹੜੀ ਬੰਦ ਹੁੰਦੀ ਹੈ ਤਾਂ ਇਹਦੇ ਵਿੱਚ 4 ਲੱਖ ਜਿਹੜੇ ਮਜ਼ਦੂਰ ਆ ਉਹ ਕੰਮ ਕਰਦੇ ਆ, ਉਹ ਇਹਨਾਂ ਮੰਡੀਆਂ ਦੇ ਵਿੱਚੋਂ ਵਿਹਲੇ ਹੋਣੇ ਆ। ਇਸ ਤੋਂ ਇਲਾਵਾ ਜਿਹੜੇ 40,000 ਦੇ ਕਰੀਬ ਆੜ੍ਹਤੀ ਹੈ, ਇੱਕ ਇੱਕ ਮਨੀਮ ਉਹਨੇ ਰੱਖਿਆ ਹੋਇਆ, 40,000 ਮਨੀਮ ਲਾ ਲਓ, ਇੱਕ ਇੱਕ ਬੰਦਾ ਉਹਨੇ ਜਿਹੜਾ ਉਹ ਮਤਲਬ ਉਹ ਚਾਹ ਪਾਣੀ ਪਿਆਉਣ ਲਈ ਹੈਲਪਰ ਰੱਖਿਆ ਹੋਇਆ, ਉਹ 1.25 ਲੱਖ ਦੇ ਕਰੀਬ ਜਿਹੜਾ ਇਹ ਬੰਦਾ ਰੁਜ਼ਗਾਰ ਤੋਂ ਵਿਹਲਾ ਹੋਣਾ। ਇਸ ਤੋਂ ਬਿਨਾਂ ਜਿਹੜਾ ਸ਼ੈਲਰ ਆ, 3600 ਸ਼ੈਲਰ ਜਿਹੜੇ ਪੰਜਾਬ ਦੇ ਵਿੱਚ ਨੇ, ਔਰ ਉਹ 3600 ਸ਼ੈਲਰਾਂ ਦੇ ਵਿੱਚ ਸੀਜ਼ਨ ਦੇ ਵਿੱਚ ਐਵਰੇਜ ਇੱਕ ਸ਼ੈਲਰ ਤੇ 100 ਬੰਦਾ ਕੰਮ ਕਰਦਾ, 3.5 ਲੱਖ ਦੇ ਕਰੀਬ ਜਿਹੜੇ ਮਜ਼ਦੂਰ ਆ ਉਹ ਸਰਕਾਰ ਨੇ ਵਿਹਲੇ ਕਰਨੇ ਆ, 153 ਮਾਰਕੀਟ ਕਮੇਟੀਆਂ ਨੇ ਉਹਦੇ, 1000 ਮੁਲਾਜ਼ਮ ਸਰਕਾਰ ਨੇ ਵਿਹਲੇ ਕਰਨੇ ਆ। ਅਸੀਂ ਇਹ ਮੰਗ ਕਰਦੇ ਹਾਂ ਔਰ ਜ਼ੋਰ ਮੋਦੀ ਸਰਕਾਰ ਦੀ ਨਿਖੇਧੀ ਕਰਦੇ ਇਹਨਾਂ ਮਾਮਲਿਆਂ ਤੇ ਕਿ ਜਿਹੜੇ ਘਟੀਆ ਕਿਸਮ ਦੇ ਕਾਨੂੰਨ ਆ ਇਹਨੂੰ ਜਲਦ ਤੋਂ ਜਲਦ ਵਾਪਸ ਕੀਤਾ ਜਾਵੇ। ਇਹਦੇ ਲਈ ਜਿਹੜਾ ਸਾਡਾ ਅੱਜ ਉਹ ਪ੍ਰਦਰਸ਼ਨ ਉਹ ਚੱਲ ਰਿਹਾ। ਠੀਕ ਹੈ, ਅੱਜ ਜੋ ਇੱਥੇ ਸੈਂਟਰ ਸਰਕਾਰ ਦੇ ਵੱਲੋਂ ਜਿਹੜੇ ਹੈਗੇ ਆ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕੀਤੇ ਗਏ ਹੈਗੇ ਆ, ਜਿਹੜੇ ਕਿ ਕਿਸਾਨਾਂ ਲਈ, ਮਜ਼ਦੂਰਾਂ ਲਈ, ਦਿਹਾੜੀਦਾਰ ਲਈ ਬਹੁਤ ਹੀ ਜਿਹੜੇ ਖਤਰਨਾਕ ਹੈਗੇ ਆ ਕਾਨੂੰਨ, ਉਹਨਾਂ ਦੇ ਵਿਰੋਧ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਅੱਜ ਦਾ ਰੋਸ ਪ੍ਰਦਰਸ਼ਨ ਹੈਗਾ ਆ, ਔਰ ਅਸੀਂ ਇਹ ਜਿਹੜਾ ਰੋਸ ਪ੍ਰਦਰਸ਼ਨ ਅੱਗੇ ਜਾ ਕੇ ਜਿਹੜਾ ਸਾਬਕਾ ਮੰਤਰੀ ਰਹੇ ਹੈਗੇ ਆ ਇੱਥੋਂ ਦੇ, ਆਪਣੇ ਸੁਰਜੀਤ ਕੁਮਾਰ ਜੈਨੀ ਜੀ, ਉਹਨਾਂ ਦੇ ਦਫ਼ਤਰ ਦਾ ਘਿਰਾਓ ਕਰਾਂਗੇ ਔਰ ਉੱਥੇ ਜਾ ਕੇ ਜਿਹੜਾ ਆਪਣਾ ਹੈਗਾ ਰੋਸ ਪ੍ਰਦਰਸ਼ਨ ਕਰਾਂਗੇ। ਸੁਖਪ੍ਰੀਤ ਸਿੰਘ, ਕਿਸ ਤਰ੍ਹਾਂ ਦਾ ਪ੍ਰਦਰਸ਼ਨ ਹੈ ਔਰ ਤੁਸੀਂ ਕਿੱਥੇ ਜਾ ਰਹੇ ਹੋ? ਸਰ, ਅਸੀਂ ਹੁਣ ਬੀਜੇਪੀ ਦਾ ਉਹਦੇ ਦਫ਼ਤਰ ਦੇ ਮੂਹਰੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਕਿਸਾਨਾਂ ਮਜ਼ਦੂਰਾਂ ਇਹ ਵਿਰੋਧੀ ਜਿਹੜੇ ਆਰਡੀਨੈਂਸ ਲੈ ਕੇ ਆਈ ਆ ਉਹ ਕਾਨੂੰਨ ਬਣ ਚੁੱਕੇ ਆ, ਉਹਨਾਂ ਨੂੰ ਰੱਦ ਕਰੋ। ਇਹਦੇ ਲਈ ਸਾਰੀਆਂ ਜਥੇਬੰਦੀਆਂ ਵੱਡੇ ਪੱਧਰ 'ਤੇ ਜਿਹੜਾ ਇਹਦਾ ਵਿਰੋਧ ਕਰ ਰਹੀਆਂ, ਪਰ ਬੀਜੇਪੀ ਸਰਕਾਰ ਇਹ ਤੋਂ ਪਿੱਛੇ ਹੱਟਦੀ ਰਹੀ। ਉਹ ਕਹਿੰਦੇ ਸਾਨੂੰ ਮੁੜਨਾ ਨਹੀਂ ਆਉਂਦਾ, ਅਸੀਂ ਅੱਗੇ ਵੱਧਦੇ ਹਾਂ, ਪਰ ਲੋਕਾਂ ਨੂੰ ਮੋੜਨਾ ਆਉਂਦਾ, ਲੋਕ ਉਹਨਾਂ ਨੂੰ ਮੋੜ ਕੇ ਦਿਖਾਉਣਗੇ, ਉਹਨਾਂ ਨੂੰ ਭੁਲੇਖਾ ਹੋਊਗਾ, ਇੱਥੇ ਔਰੰਗਜ਼ੇਬ ਵਰਗੇ ਨਹੀਂ ਟਿਕੇ, ਮੋਦੀ ਕਿਹੜੇ ਬਾਗ ਦੀ ਮੂਲੀ ਆ। ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਅਤੇ ਸਰਕਾਰ ਦੀ ਨਿਖੇਧੀ ਕਰਦੇ ਹਾਂ ਵੀ ਦੇਸ਼ ਨੂੰ ਵੇਚਣਾ ਬੰਦ ਕਰ ਦੇ। ਜੇ ਲੋਕਾਂ ਦੀ ਤਾਕਤ ਹਜੇ ਉਹਨਾਂ ਨੂੰ ਐਂ ਲੱਗਦਾ ਵੀ ਲੋਕ ਹਜੇ ਕੁਛ ਨਹੀਂ ਕਰਦੇ, ਪਰ ਲੋਕ ਜਦੋਂ ਬੋਲ ਪਏ ਮੋਦੀ ਤੇਰਾ ਪਲਟਾ ਪਲਟਾ ਦੇਣਗੇ, ਇਹ ਗੱਲ ਯਾਦ ਰੱਖੋ ਜੀ। ਨੌਜਵਾਨ ਭਾਰਤ ਸਭਾ ਵੱਲੋਂ ਬਈ ਜਿਹੜਾ ਮੋਦੀ ਸਰਕਾਰ 3 ਨਵੇਂ ਕਾਨੂੰਨ ਪਾਸ ਲਿਆਉਂਦੇ ਕੀਤੇ ਆ, ਜਿਹੜੇ ਮੋਦੀ ਸਰਕਾਰ ਨੇ 3 ਨਵੇਂ ਕਾਨੂੰਨ ਪਾਸ ਕੀਤਾ, ਇਹਦੇ ਖਿਲਾਫ਼ ਇਹ ਬਈ ਅੱਜ ਪ੍ਰਦਰਸ਼ਨ ਕਰ ਰਿਹਾ ਹੈ।
अज जो रैली जा रही है शहीद भगत सिंह ना तो जा रही है जी बई जे तीन कानून नवे पास किए मोदी सरकार किए जो सुरजीत करमार जैनी है वो इन्हों का उठना बैठना है बई उन्होंने विरोध अं उ इन्हों दफ्तर अगर धरना लाया अज तो वही गिणती में इकट्ठे हो बई धन्यवाद बई। मेरा नाम नौनिहाल सिंह सूबा गु नौजवान भारत सभा अज जो खेती विरोधी आर्डीनेंस जो मोदी सरकार ने राष्ट्रपति की मोहर लवा के जो काले कानून पास करवा दिते विरोध के अज इतें असी मार्च कर रहे हैं तो बीजेपी के जोड़े सबका मंत्री रह चुके उन्होंने घर वालू जोड़ा उन्होंने दफ्तर वालू मार्च जा रहा उ विरोध प्रदर्शन करा इस करके कि बीजेपी की सरकार आ हिंदुस्तान के लगातार किसान विरोधी मजदूर विरोधी तो औरत विरोधी फैसले जोड़े वो बीजेपी सरकार लै रही आ चाहे इतने छोटिया छोटिया बच्चिया के बलात्कार हो रहे हैं उन्होंने हाथ पैर तोड़ के उन्होंने जोड़ा मारिया जा रहा पर बीजेपी सरकार जी इन गलों पर बिल्कुल चुप आ अज भी पंजाब की कि पूरे देश की हरियाणे की चाहे पंजाब की किसानी आ वो लगातार संघर्ष के रस्ते पई हुई आ ये बीजेपी सरकार जिहड़े काले कानून लैके आई आ जिदे नाल किसानी मजदूर आड़ती शैलर वाला जां मार्केट कमेटी आ सारिया कुछ तबाह हो जाना पर लोग करला रहे आ ते बीजेपी सरकार जिहड़ी वो सारा कुछ अखां मीट के देख रही आ अज ये साडा चेतावनी मार्च आ कि जेकर आने वाले दिनों दे विच ये काले कानून रद्द ना किए गए तो जिहड़े किरत कानूनों में सोधा कीतिया गई वापस ना लिया गई संघर्ष आ जिहड़ा इस तों दुगना तिगना जिहड़ा होर भी तेज़ होगा तो तिखा होगा।